जी दसो जी तुसी कर्नल ब्राडो यस मैं मिस प्रीति चोपड़ा तो हड़े नाल फोन ते गल हुई सी हाँ जी आओ लंगे आओ तुसी इत्थे जॉब कर दे हो जी वैसे ते मैं अम्बाले तो हाँ पर इत्थे गोविंद सर्विस कर दिया ओए अमर सरिया हाँ की तकलीफ है जा मैडम ले चाह पानी लेके आ जी कर्नल साहब बड़ा मुंह चढ़िया नौकर आ ओ नौकर नहीं जी तो मेरा दोस्त मेरा मतलब अपना ही बच्चा इत्थे पढ़दा जी इहदी पढ़ाई दा खर्चा भी मैं ही देना घरों गरीब है लागियां दा मुंडा मुंडा की जी इन्ना शरीफ बिल्कुल कुड़ियां वर्गा आ लो जी चाह कर्नल साहब तुहाडा परिवार परिवार इन्हां दा जी कंध ते ते बच्चा इन्हां दा है कोई नहीं ओहो सॉरी ए किस तरह हो गया ए तां जी मैनूं भी नहीं पता कदों और किवें हो गया बंदे दा जदों इक सहारा खुस जावे तां उसनूं दूसरा लभ लेना चाहीदा जी हुण कदे लई सहारे लभणे जी हुण तां नदी किनारे रुखड़ा इंज ना कहो जी हाले ते तुसीं बिल्कुल फिट पए हो फौजी शरीर पूरे जवान लगते हो ओए अमृतसरिया मैडम नूं कमरा दिखा मैडम नहीं जी मेरा नाम मिस प्रीति चोपड़ा है तुसीं मैनूं प्यार नाल प्रीति भी कह सकते हो मिस मतलब व्याह वाली गड्डी तुसीं मिस कर चुके हो चलो आओ मैडम तुहानूं तुहाडा कमरा विखा दिया कर्नल साहब तुहाडे मिस बिल्कुल किसी हीरन वांग लगते आ मैनूं याद नहीं आ रहा बस बस जी ज्यादा ध्यान ना दिओ गल विगड़ भी सकती है ਤੈਨੂੰ ਕੀ ਹੋਇਆ ਲੱਕੜ ਦੇ ਬੰਦਰ ਵਰਗਾ ਮੂੰਹ ਜਿਹਾ ਬਣਾਈ ਬੈਠਾ ਬਣਾਵਾ ਨਾ ਮੈਂ ਤੈਨੂੰ ਕਰਨਲ ਸਾਹਿਬ ਕਹਿੰਦਾ ਤੇ ਤੂੰ ਮੈਨੂੰ ਲਾਗਿਆਂ ਦਾ ਮੁੰਡੇ ਦੱਸੀ ਜਾਂਦਾ ਤੇ ਹੋਰ ਤੈਨੂੰ ਮਜੀਠੀਆ ਸਰਦਾਰਾਂ ਦਾ ਮੁੰਡਾ ਕਹਿ ਦਿਆਂ ਜਿਹੋ ਜਿਹਾ ਕੰਮ ਕਰਦਾ ਉਹੀ ਕੁਝ ਕਹਿ ਦਿੰਦਾ ਤੇ ਫਿਰ ਕੁੜੀਆਂ ਵਰਗਾ ਮੁੰਡਾ ਕੋ ਕਹਿੰਦਾ ਬਦਮਾਸ਼ ਕਹਿ ਦਿਆ ਕਰਾਂਗੇ ਇਹ ਤਾਂ ਕੁੜੀ ਚੱਕ ਕੇ ਲੈ ਜਾਂਦਾ ਕੁੜੀਆਂ ਛੇੜਨ ਪਿਛੇੜਨ ਕਈ ਵਾਰੀ ਕੁੱਟ ਖਾਦੀ ਆ ਇਹ ਗੱਲ ਨਹੀਂ ਹੈਗੀ ਯਾਰ ਤੇਰਾ ਇਦਾਂ ਕਹਿਣ ਨਾਲ ਸਾਰੀਆਂ ਕੁੜੀਆਂ ਮੈਨੂੰ ਵੀਰ ਜੀ ਕਹਿੰਦੀਆਂ ਰਹਿੰਦੀਆਂ ਉਹ ਤੇਰੀ ਮਿਸ ਪੂਜਾ ਤਾਂ ਨਹੀਂ ਕਹਿੰਦੀ ਨਾਲੇ ਇਸ ਵੀਰ ਜੀ ਕਹਿੰਦਾ ਫਾਇਦਾ ਉਠਾ ਉਹਨਾਂ ਨੂੰ ਵੜਿਆ ਕੇ ਰਸੋਈ 'ਚ ਕੰਮ ਲਾ ਐਵੇਂ ਕਮਲ ਕੁੱਟੀਆਂ ਨੇ ਮਸਾਂ ਆਪਣਾ ਠੱਕ ਠੱਕਾ ਲੋਟ ਆਇਆ ਤੂੰ ਹਿਸਾਬ ਲਾ ਵੀ ਜਦੋਂ ਪ੍ਰਭਜੋਤ ਮੈਨੂੰ ਅੰਕਲ ਕਹਿੰਦੀ ਹੈ ਨਾ ਮੇਰੇ ਕੰਨ 'ਚੋਂ ਸਹੀਕ ਨਿਕਲ ਜਾਂਦਾ ਤੁਹਾਡੇ ਉੱਧਰ ਕੰਨ ਕਹਿੰਦੇ ਆ ਨਾਲੇ ਗੱਲ ਸੁਣ ਇੱਕ ਮੇਰੀ ਤੇਰਾ ਬੜਾ ਸੂਤਰੇ ਆਇਆ ਹੁਣ ਤਾਂ ਤੇਰੇ ਕੋਲ ਉਹ ਆਂਟੀ ਵੀ ਆ ਗਈ ਤੇਰਾ ਫਿੱਟ ਫੌਜੀ ਸਰੀਰ ਬੜਾ ਪਸੰਦ ਹੀ ਉਹਨੂੰ ਉਹ ਭਰਾਵਾ ਉਹ ਤੈਨੂੰ ਸਹਾਰਾ ਦੇਣ ਵਾਸਤੇ ਵੀ ਬੈਠੀ ਆ ਓਏ ਆਪਾਂ ਨੂੰ ਤਾਂ ਸਹਾਰਾ ਹੁਣ ਪ੍ਰਭਜੋਤ ਹੀ ਦੇ ਸਕਦੀ ਆ ਉਹਦਾ ਦਾਦਾ ਵੇਖਿਆ ਹੀ ਉਹਨੇ ਤੈਨੂੰ ਇੱਦਾਂ ਚੁੱਕ ਕੇ ਲੈ ਜਾਣਾ ਜਿਵੇਂ ਹਾਥੀ ਸੁੰਡ ਨਾਲ ਲਿਆਣਾ ਚੁੱਕ ਕੇ ਖੜਦਾ ਉਹ ਚੁੱਪ ਕਰਕੇ ਸੌਂ ਜਾ ਇਸ ਵੇਲੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਸੁਪਨੇ ਬੜੇ ਭੈੜੇ ਆਉਂਦੇ ਆ ਜਦ ਜਦ ਰਾਤ ਨੂੰ ਕੁੜੀਆਂ ਨੂੰ ਯਾਦ ਕਰੀ ਤਾਂ ਉਹਨਾਂ ਦੇ ਬਾਪੂਆਂ ਨੂੰ ਨਹੀਂ ਓਕੇ ਅੰਕਲ ਬਾਏ 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 ਅੱਛਾ ਅੰਕਲ ਬਾਏ ਸ਼ਾਬਾਸ਼ ਜਲਦੀ ਚਲੋ ਅੱਛਾ ਬਾਏ ਅੰਕਲ ਮੈਂ ਚੱਲਦੀ ਹਾਂ ਬਾਏ ਪੂਜਾ ਹਰੀ ਆਪ ਬਾਏ ਅੰਕਲ ਬਾਏ ਬਾਏ ਅੰਕਲ ਅੰਕਲ ਦਾ ਵੀ ਸਾਲਾ ਯਾਬੀ ਆ ਅੱਛਾ ਅੰਕਲ ਬਾਏ ਬਾਏ ਤੈਨੂੰ ਦੱਸਦਾ ਮੈਂ ਅੰਕਲ ਦਾ ਪਤਾ ਤੂੰ ਵੀ ਅੰਕਲ ਅੰਕਲ ਕਰਦਾ ਸਾਲਿਆ ਬਾਕੀ ਤਾਂ ਕਹਿਣ ਤੂੰ ਕਿਉਂ ਅੰਕਲ ਅੰਕਲ ਕਹਿ ਕੇ ਮੇਰੇ ਜ਼ਖਮਾਂ ਤੇ ਲੂਣ ਫੁੱਕਦਾ ਗੱਲ ਸੁਣ ਬਤੋ ਕਮਾ ਅੰਟੀ ਇੱਥੇ ਆ ਜੇ ਕੀ ਗੱਲ ਤੁਸੀਂ ਸਲਾਵਾਰਸ ਬੱਚੇ ਨੂੰ ਇਸ ਤਰ੍ਹਾਂ ਫੜਿਆ ਹੋਇਆ ਮੇਰੀ ਇੱਜ਼ਤ ਹੀ ਬਹੁਤ ਕਰਦਾ ਜੀ ਸਵੇਰ ਸ਼ਾਮ ਪੈਰੀਆਂ ਥਲਾਉਣ ਬਹਿ ਜਾਂਦਾ ਮੈਂ ਇਹਨੂੰ ਰੋਕ ਰਿਹਾ ਸੀ ਕਰਨਲ ਸਾਹਿਬ ਸਾਰੇ ਚਲੇ ਗਏ ਓ ਆ ਵੀ ਸਕਦੇ ਨੇ ਕੀ ਕਰਨਲ ਸਾਹਿਬ ਸਾਰਾ ਦਿਨ ਇੱਥੇ ਬੈਠੇ ਬੋਰ ਹੁੰਦੇ ਰਹਿੰਦੇ ਹੋ ਤੁਹਾਡਾ ਦਿਲ ਕਿਵੇਂ ਲੱਗਦਾ ਹੈ ਬਸ ਲੱਗ ਹੀ ਜਾਂਦਾ ਜੀ ਯਾਰਾਂ ਦੋਸਤਾਂ ਨੂੰ ਮਿਲਣ ਚਲੇ ਜਾਈਦਾ ਕੀ ਗੱਲ ਬਾਹਰ ਜਾ ਕੇ ਯਾਰੀਆਂ ਦੋਸਤੀਆਂ ਕਰਦੇ ਹੋ ਤੇ ਉਧਰ ਵੇਖਦੇ ਵੀ ਨਹੀਂ ਕੀ ਮਤਲਬ ਮਤਲਬ ਇਹ ਕਿ ਇੱਕ ਵਾਰ ਆਪਣੀ ਦਿਲ ਦੀਆਂ ਨਜ਼ਰਾਂ ਨਾਲ ਵੇਖੋ ਤਾਂ ਸਹੀ ਤੁਹਾਡੀ ਵੀਰਾਨ ਜ਼ਿੰਦਗੀ ਦੀ ਰਾਹ ਤੁਹਾਡੇ ਆਸ-ਪਾਸ ਹੀ ਹੈ ਬਸ ਵੇਖੋ ਤੇ ਸਹੀ ਮੈਡਮ ਤੁਹਾਡਾ ਫੋਨ ਹਾਂਜੀ ਹਾਂ ਬਸ ਮੈਂ ਆਫਿਸ ਪਹੁੰਚ ਰਹੀ ਹਾਂ ਹਾਂਜੀ ਬਾਏ ਕਰਨਲ ਸਾਹਿਬ ਬਾਏ ਲੱਗਦਾ ਅੱਜ ਕਲਾਸ ਦੀ ਵੀ ਬਾਏ ਬਾਏ ਹੋਊ